ਤੇ ਹੋਰ ਜੀ ਕੀ ਹਾਲ ਚਾਲ ਹੈ ਸਭ ਦਾ। ਮੈਂ ਹਾਂ ਯੂਜਵਲ ਭੱਟੀ ਤੇ ਮੇਰੇ ਨਾਲ ਹੈ ਯੂਜਵਲ ਭੱਟ ਸਾਹਿਬ। ਭੱਟ ਸਾਹਿਬ ਕੈਸੇ ਆਪ? ਠੀਕ ਆ। ਠੀਕ ਆ, ਮਰੇ ਪੀਤੀ ਆ। ਠੀਕ ਆ, ਸਿੱਧੀ ਤਰ੍ਹਾਂ ਕਹਿ ਯਾਰ। ਠੀਕ ਹੈ, ਗੱਡੀਆਂ ਅੱਲਾ ਦਾ ਕਿੱਥੇ ਸ਼ੁਕਰ ਹੈ। ਠੀਕ ਗੱਡੀਆਂ ਆ, ਭੱਟ ਸਾਹਿਬ ਕੀ ਹਾਲ? ਠੀਕ ਆ। ਲੱਖ ਦੀ ਲਾਮਤ ਵੱਟ ਤੇਰੇ ਮੂੰਹ ਤੇ। ਭੱਟ ਸਾਹਿਬ ਗੱਡੀਆਂ ਕਿੱਥੇ ਕਿੱਥੇ ਰਹਿ ਖੱਜਲ ਹੋ ਰਹੇ ਹੋ ਜਨਾਬ? ਕਿਹੜਿਆਂ ਜੰਗਲਾਂ ਲਾਂ ਦਾ ਰੁਖ ਕਰ ਲਿਆ ਜੇ? ਮੈਂ ਕੱਲਾ ਖੱਜਲ ਹੋ ਰਿਹਾ ਇੰਨੇ ਦਿਨਾਂ ਤੋਂ। ਤੁਸੀਂ ਕਿੱਥੇ ਗਵਾਚੇ ਹੋ? ਕਿਹੜੇ ਜੰਗਲਾਂ 'ਚ ਜਾ ਕੇ ਚਿੱਲੇ ਕੱਟ ਰਹੇ ਹੋ? ਮੈਂ ਤੇ ਇਹਦਾ ਮਤਲਬ ਮੈਂ ਤੇ ਨਹੀਂ ਨਾ ਵਿਹਲਾ ਹੈਗਾ ਹੱਟਾ। ਉਹ ਭੱਟ ਸਾਹਿਬ, ਤੁਹਾਡੇ ਦਾਦਾ ਆਪੂ ਜੰਗਲਾਂ 'ਚ ਕੀ ਤੁਰ ਗਏ? ਹੁਣ ਤੁਹਾਨੂੰ ਨਹੀਂ ਲੱਭਣੇ ਹੋ? ਉਹ ਭਾਈਜਾਨ, ਜਿਹੜੀ ਚੀਜ਼ ਉੱਥੇ ਤੁਹਾਨੂੰ ਤੁਰਦੀ ਫਿਰਦੀ ਦੇਖਦੀ, ਇਹ ਤੁਹਾਡੇ ਦਾਦਾ ਆਪੂ ਨਹੀਂ, ਉਹ ਕੋਈ ਬੁੱਢਾ ਜਿਹਾ ਬਾਂਦਰ ਆ। ਤੁਸੀਂ ਐਵੇਂ ਸ਼ਵਾਰਮਾ ਲੈ ਕੇ ਉਹਦੇ ਪਿੱਛੇ ਭੱਜੇ ਫਿਰਦੇ ਹੋ? ਬਸ ਕਰੋ, ਉਹਨੇ ਨਹੀਂ ਖਾਣਾ, ਘਰ ਆ ਜਾਓ। ਭਜਨ ਜੀ, ਦਾਦੇ ਜਿਹੜੇ ਦਾਦੇ ਸਨ ਨਾ, ਇੱਕ ਵੀ ਨਹੀਂ ਦੋ ਤਿੰਨ ਦਾਦੇ ਸਨ ਨਾ ਜਿਹੜੇ ਜੰਗਲਾਂ ਦੇ ਫੋਰ ਫਾਦਰਸ, ਜਿਹੜੇ ਜੰਗਲਾਂ ਦੇ ਵਿੱਚ ਹੁੰਦੇ ਸਨ, ਠੀਕ ਹੈ, ਜਿਹੜਾ ਉੱਥੇ ਉਹ ਨਿੱਕੀ ਜਿਹੀ ਘਗੜੀ ਪਾ ਕੇ ਹਲੂ ਹਲੂ ਕਰਦੇ ਹੁੰਦੇ ਸਨ, ਉਹਨਾਂ ਨੂੰ ਵੇਖਣ ਗਿਆ ਸੀ ਭਜਨ। ਕਿੱਥੇ ਹੈਗੇ ਨੇ ਉਹ? ਇਹ ਮੋਟਰਸਾਈਕਲ ਚੱਲਦੀ ਨਹੀਂ, ਭੱਜਦੀ। ਬਟ ਸਾਹਿਬ ਤੁਸੀਂ ਇੰਜੋ ਜਿਵੇਂ ਬਿੱਲੀ ਨੂੰ ਕਬਜ਼ ਹੋਈ ਹੁੰਦੀ। ਅੱਛਾ, ਇਹ ਬਿੱਲੀ ਨੇ ਆ ਕੇ ਦੱਸਿਆ ਜਾਂ ਤੁਹਾਨੂੰ ਉਹਦੀ ਸਾਫ਼ ਕਰਨੀ ਪਈ? ਉਹ ਤੇਰੀ ਖੈਰ, ਉਹ ਉਹ ਥੱਲੇ ਨਾਲ ਟੁੱਟਦੇ। ਚੂਹੇ ਨੇ ਆ ਕੇ ਦੱਸਿਆ? ਚੂਹੇ ਨੇ ਆ ਕੇ ਦੱਸਿਆ ਕਿਹੜਾ? ਚੂਹੇ ਤੂੰ ਯਾਦ ਆਇਆ ਬਟ ਸਾਹਿਬ? ਉਹ ਟਾਮ ਐਂਡ ਜੈਰੀ ਵਾਲਾ ਚੂਹਾ ਸੀ, ਦੂਜਾ ਸੀ। ਬਟ ਸਾਹਿਬ ਤੁਸੀਂ ਇੱਦਾਂ ਹੋ ਜਿਵੇਂ ਕਰਾਟੇ ਖੇਡਣ ਵਾਲਾ ਚੂਹਾ ਹੁੰਦਾ। ਤੇਰਾ ਮੂੰਹ ਇੰਜੇ ਜਿਵੇਂ ਉੱਡਣ ਵਾਲਾ ਜੋਗਰ ਹੁੰਦਾ। ਬਟ ਕਿੰਨੀ ਕੁ ਦਫ਼ਾ ਮਾਰਨੀ? ਜਿੰਨੀ ਦਫ਼ਾ ਤੂੰ ਬਿਸਤੀ ਨਹੀਂ ਮਹਿਸੂਸ ਕਰਦਾ। ਬਟ ਸਾਹਿਬ ਜੋਗਰ ਛੜਵਾ ਮਾਰੀਏ ਤੇ ਉੱਡਦਾ, ਇਹਦੇ 'ਚ ਜੁਗਤ ਤਕੂਨੀਆਂ ਹੋਈ। ਤੈਨੂੰ ਪੇਜ ਹੀ ਹੋਏ ਨੇ ਕਰਦਿਆਂ ਕਰੋ ਤੇ ਫਿਰ ਤਾਂ ਵਜਨ ਹੀ ਨੇ। ਬਟ ਸਾਹਿਬ ਤੁਸੀਂ ਇੱਦਾਂ ਹੋ ਜਿਵੇਂ ਲੰਗੜਾ ਚੂਹਾ ਹੁੰਦਾ। ਉਹ ਯਾਰ ਠਹਿਰ ਜਾ, ਮੈਨੂੰ ਕੋਈ ਗੱਡੀ ਲੈ ਲੈਂਦੇ। ਬਟ ਸਾਹਿਬ ਤੁਸੀਂ ਇੱਦਾਂ ਹੋ ਜਿਵੇਂ ਲੰਗੜਾ ਚੂਹਾ ਵੀਲ ਚੇਅਰ ਤੇ ਬੈਠਾ ਹੁੰਦਾ। ਅੱਜ ਤੁਹਾਨੂੰ ਬਹਿ ਸਕਦਾ ਪਾਏ ਜਾਣਾ? ਸੀਰੀਜ਼ ਵਾਈਜ਼ ਜੁਗਤਾਂ ਬਜਣ ਤੇ ਸਰ ਬਹਿ ਸਕਦੇ ਹਾਂ, ਜਿਹੜੀ ਕੋਈ ਇਹਦੇ 'ਚ ਹੱਸਣ ਵਾਲੀ ਗੱਲ ਹੈ। ਬਟ ਸਾਹਿਬ ਤੁਸੀਂ ਅਗਲੇ ਨੂੰ ਮਸਲਾ ਹੈ, ਤੂੰ ਉਹਦੀ ਵੇਹ ਲੱਤ ਕਿਵੇਂ ਟੁੱਟੀ ਗਈ, ਤੂੰ ਆਪਣੀ ਜੁਗਤ ਬਣਾਉਣ ਦੀ ਕੋਸ਼ਿਸ਼ ਕਰਨ ਦੇ ਉਹਦੇ ਵਿੱਚ। ਤੇ ਮੈਂ ਵੀ ਵੀਲ ਚੇਅਰ ਤੇ ਪਾਇਆ, ਮੈਂ ਉਹਨੂੰ ਪੈਰਲ ਤੇ ਨਹੀਂ ਟੋਰਿਆ। ਬਟ ਸਾਹਿਬ ਤੁਸੀਂ ਇੱਦਾਂ ਹੋ ਜਿਵੇਂ ਜੇ ਇਹਨਾਂ ਨੇ ਆਂਡਾ ਦਿੱਤਾ ਹੁੰਦਾ, ਭੱਟੀ ਨੂੰ ਪਕਾ ਕੇ ਖਾ ਲਿਆ ਹੁੰਦਾ। ਬਟ ਸਾਹਿਬ ਤੁਸੀਂ ਇੱਦਾਂ ਹੋ ਜਿਵੇਂ ਲੰਗੜਾ ਚੂਹਾ ਮੋਟਰਸਾਈਕਲ ਚਲਾ ਰਿਹਾ ਹੁੰਦਾ। ਉਹ ਉਹਦੀਆਂ ਦੋਵੇਂ ਲੱਤਾਂ ਨੇ ਸਾਹਮਣੇ ਅੰਨਾ ਹੋਇਆ। ਤੁਸੀਂ ਇੱਦਾਂ ਹੋ ਨਾ? ਅੱਛਾ, ਬਟ ਸਾਹਿਬ ਤੁਸੀਂ ਇੱਦਾਂ ਹੋ ਜਿਵੇਂ ਲੰਗੜੇ ਚੂਹੇ ਨੇ ਮੋਟਰਸਾਈਕਲ ਤੋਂ ਡੇਗ ਕੇ ਫਿਰ ਸੱਟਾਂ ਲਵਾਈਆਂ ਹੁੰਦੀਆਂ। ਅੱਛਾ, ਤੂੰ ਲੰਗੜੇ ਚੂਹੇ ਦੇ ਪਿੱਛੇ ਹੀ ਆ। ਸੀਰੀਜ਼ ਵਾਈਜ਼ ਜੁਗਦਾ ਮਜੜੀ ਆ ਤੈਨੂੰ ਬੇਟਾ ਅੱਜ। ਬਟ ਸਾਹਿਬ ਤੁਸੀਂ ਇੱਦਾਂ ਹੋ ਜਿਵੇਂ ਦੋਂਦਾ ਕੁੱਤਾ ਹੁੰਦਾ। ਬਟ ਸਾਹਿਬ ਤੁਸੀਂ ਇੱਦਾਂ ਹੋ ਜਿਵੇਂ ਚੂਹੇ ਨੇ ਗਲਤ ਨੀਅਤ ਨਾਲ ਬਿੱਲੀ ਨੂੰ ਅੱਖ ਮਾਰੀ। ਫਿਰ ਮੈਂ ਕੋਈ ਗੱਲ ਕਰਾਂਗਾ ਤੇ ਫਿਰ ਤੂੰ ਕਹੇਂਗਾ ਹੁਣ ਪਰ ਬਿੱਲੀ ਵੀ ਪਟਵਾ ਨਹੀਂ ਪਾਤੀ ਹੈ ਤੂੰ। ਬੇਹੂਦਗੀ ਨਹੀਂ, ਬੇਹੂਦਗੀ ਨਹੀਂ, ਇਹ ਬਿੱਲੀ ਨੇ ਅਲਾਮਾ ਦਿੱਤਾ। ਚੈਨਲ ਆ, ਬਿੱਲੀ ਨੇ ਅਲਾਮਾ ਦਿੱਤਾ। ਬਿੱਲੀ ਨੇ ਕਿਵੇਂ ਅਲਾਮਾ ਦਿੱਤਾ? ਮਿਓ 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 ਬਟ ਮਿਓ 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 ਬੋਲੇ ਐਜ ਅਲਾਮਾ ਦਿੱਤਾ। ਬਸ ਤੁਸੀਂ ਇੱਦਾਂ ਹੋ ਜਾਵੇਂ ਸੁੰਡ ਵਾਲਾ ਕੁੱਤਾ ਹੁੰਦਾ। ਉਹ ਕਿੱਥੇ ਖੱਜਲ ਹੋਈ ਜਾਣ ਡਿਆ, ਰਾਹ ਤੇ ਸਹੀ ਵੀ ਤੇ ਜਾਣ ਡਿਆ ਕਿ ਨਹੀਂ? ਇਹ ਨੇੜੇ ਹੀ ਰਹਿ ਗਿਆ ਬਸ, ਫਰੂਕਾਬਾਦ ਤੋਂ ਅੱਗੇ ਨਾ ਥੋੜ੍ਹਾ ਜਿਹਾ ਝਾਮ ਕੇ ਹਾਥੀ ਨੇ ਸੋਨੇ ਨਾਲ ਖੁਰਕ ਕੀਤੀ ਹੁੰਦੀ। ਬਟ ਸਾਹਿਬ ਤੁਸੀਂ ਏਦਾਂ ਜਿਵੇਂ ਸੋਨਡ ਲੈਸ ਹਾਥੀ ਹੁੰਦਾ। ਯਾਰ ਕੀ ਹੋਇਆ? ਮੈਂ ਗੱਡੀ ਪਹੁੰਚ ਤੇ ਗਿਆ। ਨਹੀਂ ਗੱਡੀ ਤੇ ਜਾਣਾ, ਸ਼ਰੀਕਾਂ ਚ ਨੱਕ ਵੱਡਿਆ ਰਹੇਗਾ, ਗੱਡੀ ਤੇ ਜਾਣਾ, ਮੋਟਰਸਾਈਕਲ ਤੇ ਹੈਗਾ ਕਿਵੇਂ? ਇਹਦੇ ਤੋਂ ਲੱਤੀ ਦਾ ਚਾਹ ਤੂੰ ਚੱਲਦੀ, ਤੂੰ ਛਾੜ ਮਾਰ ਤੇ ਬਾਅਦ ਚ ਗਿਆ। ਮੈਂ ਤੇ ਇੱਧਰ ਹੀ ਉੱਧਰ ਦਾ ਹੁੰਦਾ। ਬਾਟੋ ਵੇਖ, ਏਡੇ ਵੱਡੇ ਆਲੂ ਬਾਟੇ, ਉਹ ਆਲੂ ਵੇਖ ਸਾਹਮਣੇ ਕਿੱਥੇ ਨੇ? ਆ ਹੀ ਇੱਧਰ ਪਿੱਛੇ ਆ ਆ ਵੇ, ਇਹ ਉਹੀ ਆਲੂ ਨੇ ਜਿਹੜੇ ਤੇਰੇ ਕੰਨਾਂ ਥੱਲੇ ਪੈਣੇ ਨੇ ਨਾ ਜਦੋਂ ਮੈਂ ਛੱਡੀਆਂ ਤਿੰਨ। ਉਹ ਕੀ ਆਖਣ ਡਿਆ ਏਡਾ, ਉਹਨੇ ਕੋਈ ਨਾਲ ਗਾਲ ਵੀ ਕੱਢੀ ਆ ਤੈਨੂੰ। ਉਹ ਕਹਿੰਦਾ ਕਿੱਥੇ ਬੈਠਾ ਪੱਟੀ ਦੇ ਨਾਲ ਖੱਜਲ ਹੋਣ ਡਿਆ? ਗੱਲ ਕੋਈ ਕੱਢ ਲੈ ਚੱਜ ਦੀ, ਫਿਰ ਤੈਨੂੰ ਬਹੁਤ ਖੁੱਲ ਪੈਣੀ ਹੈ ਇੱਥੇ। ਕਿਹੜੀ ਮਾਈਂਡ ਵਿੱਚ ਵੜ ਗਿਆ? ਗੱਡਰੋ ਗੱਡਰੀ ਜਾ ਰਹੇ ਪੱਟੀ ਮਾਰ ਮਾਰ ਜ਼ੋਰ ਦੀ ਮਾਰ ਲੈ। ਜਿਨ੍ਹਾਂ ਦੀ ਗੱਲ ਕਰਨ ਡਿਆ ਸਾਂ ਅੱਗੇ ਵੀ ਉਹ ਹੀ ਆ ਗਈ। ਜਿਨ੍ਹਾਂ ਦੀ? ਕਿਨ੍ਹਾਂ ਦੀ? ਬਟ ਸਾਹਿਬ ਤੁਸੀਂ ਇੱਦਾਂ ਹੋ ਜਿਵੇਂ ਜਿਹਨੇ ਸ਼ੀਸ਼ੇ 'ਚ ਆਪਣਾ ਹੀ ਮੂੰਹ ਵੇਖ ਕੇ ਡਰਿਆ ਹੁੰਦਾ। ਚਲ ਬਸ ਕਰ, ਬਹੁਤੀਆਂ ਦੇਖ ਲਈਆਂ ਅੱਜ, ਹੁਣ ਜਿੰਨੀ ਦੇਰ ਤੱਕ ਪੂਰੀਆਂ ਨਹੀਂ ਹੁੰਦੀਆਂ ਪੈਣਗੀਆਂ। ਥੱਲੇ ਚੱਲਾ ਸੀ
ਤੂੰ ਵੀ ਸਿੱਧੇ ਰਾਹ ਥਾਣੀ ਤੇ ਜਾਣਾ ਨਹੀਂ ਨਾ, ਕਸਮ ਚੁੱਕੀ ਉਹ ਨਾਲ ਉੱਥੇ ਗੰਨਾ ਛੰਨਾ ਪਈਆਂ ਹੁੰਦੀਆਂ, ਗੋਲੀਆਂ ਪਈਆਂ ਹੁੰਦੀਆਂ, ਉਹ ਫੜ ਫੁੜ ਲਿਆ ਕਰ ਮਰਦਾ ਮਰਦਾ ਤੈਨੂੰ ਕਹਿਣ ਡਿਆ ਬਟ ਲੱਖ ਦੀ ਲਾ ਦਿੱਤੀ ਵੱਡੀ ਸਰਾਣਾ ਬਣ ਗਈ ਲੈਣੇ ਇੱਥੇ ਕੋਈ ਵੱਡਾ ਜਾਨਵਰ ਆਣਾ ਬਟ ਸਾਹਿਬ ਤੁਸੀਂ ਇੱਦਾਂ ਜਿਵੇਂ ਫਿਸ਼ ਨੇ ਜੋਗਰ ਪਾਏ ਹੁੰਦੇ ਨੇ ਓਏ ਉਹਦੀ ਪੂੰਛਲ ਹੁੰਦੀ ਉਹ ਕਿਹੜੀਆਂ ਫਿਸ਼ਾਂ ਵੇਖਦਾ ਰਿਹਾ ਤੂੰ ਤੇਰਾ ਹੀ ਤਾਂ ਜੁਗਰ ਸੀ ਯਾਰ ਅੱਛਾ ਜੁਗਰ ਸੀ ਪੱਟੀ ਵੈਸੇ ਤੇਰੀ ਜੁਗਰ 'ਤੇ ਵੀ ਸਦਕੇ ਜਾਵਾਂ ਬਟ ਸਾਹਿਬ ਤੁਸੀਂ ਇੱਦਾਂ ਨਾ ਬਾਈ ਪੱਟੀ ਹੈ ਤੂੰ ਕਿਸੇ ਤੂੰ ਪੱਟੀਆਂ ਦੀ ਕੰਢ ਹੀ ਲਵਾਉਣੀ ਹੈ ਬਸ ਹੋਰ ਤਾਂ ਕੁਛ ਨਹੀਂ ਪਾਗਲਾ ਪੱਟੀ ਹੋਏ ਤਾਂ ਹਲਕਾ ਜਿਹਾ ਮਰਾਸੀ ਨਾ ਹੋਏ ਪੋਸੀਬਲ ਹੀ ਨਹੀਂ ਹਲਕਾ ਜਿਹਾ ਨਹੀਂ ਬਹੁਤਾ ਸਾਰਾ ਅੱਛਾ ਫੜ ਫੋੜੇ ਕੁਛ ਐਵੇਂ ਸ਼ੋਵਾਂ ਚੱਕ ਕੇ ਤੂੰ ਅੱਛਾ ਬਲਾ ਆਏਗੀ ਬਲਾ ਵੇਖ ਇਮੋਸ਼ਨਲੀ ਧੋ ਜਾਣਾ ਤੂੰ ਤੈਨੂੰ ਮਾਰਨਾ ਪੈਣਾ ਕੌੜਾ ਘੁੱਟ ਕਰਨਾ ਪੈਣਾ ਤੈਨੂੰ ਗ੍ਰੈਵਿਟੀ ਗਨ ਕੱਢ ਲਈ ਉਹਨਾਂ ਨੇ ਮਾਰਨਾ ਇਹਨੂੰ ਹੱਲ ਗਿਆ ਕਿ ਨਹੀਂ ਉੱਡਦਾ ਪਰਾਂ ਉੱਡਦਾ ਹੀ ਦਹਿਸ਼ਤ ਹੀ ਬੜੀ ਬਟ ਸਾਹਿਬ ਤੁਸੀਂ ਇੱਦਾਂ ਜਿਵੇਂ ਮੱਛਲੀ ਡੁੱਬ ਕੇ ਮਰੀ ਹੁੰਦੀ ਲੈ ਬਟ ਬਲਾ ਲੱਗ ਗਿਆ ਪਾਉਣ ਚੱਲਣਾ ਤੂੰ ਦੂਜੇ ਪਾਸੇ ਹਾਂ ਉਹ ਚੁੱਕ ਲੈ ਕੁਛ ਨਹੀਂ ਹੁੰਦਾ ਲੜਾਈ 'ਚ ਕੰਮ ਇਹ ਗੰਨ ਕਿਸੇ ਕੰਮ ਦੀ ਨਹੀਂ ਉਹ ਕੱਢ ਲੱਗੀ ਹੋਰ ਮੈਂ ਦਿੰਦੇ ਨਾ ਖੇਡਣਾ ਹੀ ਚਲ ਫਿਰ ਖੇਡ ਮਾਰ ਫਿਰ ਬਟ ਸਾਹਿਬ ਤੁਸੀਂ ਇੱਦਾਂ ਜਿਵੇਂ ਬਾਡੀ ਬਿਲਡਰ ਚੂਹਾ ਹੁੰਦਾ ਲੈ ਬਾਡੀ ਬਿਲਡਰ ਦਾ ਨਾਂ ਲੈਣ ਦੀ ਦੇਰ ਸੀ ਬਸ ਮਾਰ ਇਹਨੂੰ ਬਟ ਬਟ ਸਾਹਿਬ ਆਪਕੀ ਤਲਾਸ਼ ਖਤਮ ਹੋਈ ਮਿਲ ਗਏ ਆਪਕੇ ਅਬਾਉ ਅਜਦਾਦ ਬਟ ਸਾਹਿਬ ਇਮੋਸ਼ਨਲ ਨਹੀਂ ਹੋਣਾ ਮਾਰ ਮਾਰ ਬਾਟੇ ਨੇ ਉਹ ਬਾਟੇ ਨੇ ਐਵੇਂ ਨਹੀਂ ਮਰਨਾ ਏਰੇ ਗਿੱਟੇ ਤੇ ਦੰਦੀ ਵੱਡ ਗਿੱਟੇ ਤੇ ਦੰਦੀ ਵੱਡ ਏਰੇ ਆਇਸਤਾ ਆਲ ਇਹ ਕੀ ਸੀ ਇਹ ਕੀ ਝੁੰਗੇ ਦਾ ਬੌਫ ਸੀ ਗੰਦ ਜੇ ਵੀ ਕਰਾਂ ਸੀ ਕਿ ਬਾਟੇ ਨੂੰ ਝੋਲੀ ਚੋ ਕੇ ਬਾਦਵਾਵਾਂ ਦੇ ਇਹਨੇ ਫੇਰ ਮਰਨਾ ਤੂੰ ਮਰੇ ਆਂਦੇ ਹੀ ਉਹਨੂੰ ਕੀ ਕੀਤਾ ਕੀ ਹੈ ਕੋਈ ਗੰਦੀ ਗਾਲ ਕੱਢੀ ਉਹਨੇ ਮੇਰੇ ਕੀ ਉਹਨੇ ਕੰਨ ਚੋ ਕੀ ਜੁਗਤ ਮਾਰੀ ਕਹਿੰਦਾ ਸੀ ਬਟ ਸਾਹਿਬ ਕਹਿੰਦੇ ਨਾਲ ਬੈਠੇ ਹੋ ਇਹਨੇ ਤੇ ਚੰਗੀ ਤੇ ਮੌਤ ਹੈ ਕਿੱਥੇ ਕਹਿੰਦਾ ਇਹਨੇ ਤੋਂ ਚੰਗੀ ਤੇ ਮੌਤ ਹੈ ਤੁਸੀਂ ਕਿਹਨੇ ਨਾਲ ਬੈਠੇ ਅੱਛਾ ਜਿੱਦਾਂ ਹੈ ਵੱਡਾ ਨਾ ਮੈਨੂੰ ਬਾਟੀ ਲੱਗਣ ਡਿਆ ਵੀ ਬਟੀ ਵਾਕਈ ਜੇ ਉਹ ਤਲਾਸ਼ ਗੁੰਮਸ਼ਦਾ ਤੇ ਤੇਰੇ ਦਾਦੇ ਦੀ ਤਸਵੀਰ ਲਾਈ ਸੀ ਨਾ ਮੇਰੇ ਦੀ ਕਿ ਤੇਰੇ ਦੀ ਇਹ ਉਹੀ ਹੈ ਬਿਲਕੁਲ ਨਹੀਂ ਜਨਾਬ ਪੱਟੀਆਂ ਦਾ ਦਾਦਾ ਬਾਅਦ ਚੋਂ ਹੋ ਨਹੀਂ ਸਕਦਾ ਹੈ ਉਹ ਹੀ ਹੈ ਜਿਹਦੇ ਪਿੱਛੇ ਤੁਸੀਂ ਸ਼ਵਾਰਮਾ ਲੈ ਕੇ ਭੱਜੇ ਫਿਰਦੇ ਸੀ ਜਿਹੜਾ ਬਾਅਦ ਚੋਂ ਛੋਟੀ ਘਗਰੀ ਪਾ ਕੇ ਮੈਂ ਲੱਭਾ ਸੀ ਨਾ ਇੱਕ ਬੁੱਢਾ ਜਿਹਾ ਬਾਬਾ ਉਹਨੇ ਵੇਖ ਉਹਨੇ ਸਕਰਟ ਪਾਈ ਆ ਇਹ ਉਹੀ ਹੈ ਪੱਟੀ ਪੱਟੀ ਜਾਨ ਯਾਰ ਉਹਰੇ ਢਿੱਡ ਵੇਖ ਉਹਰਾ ਕਿੱਡਾ ਵੱਡਾ ਪੱਟੀ ਐਡੇ ਵੱਡੇ ਢਿੱਡ ਦਾ ਆਪਣੀ ਬੱਤ ਹੋ ਸਕਦਾ ਆਪਣੀ ਪੁੱਫੀਆਂ ਨੂੰ ਚਾਚੇ ਤਾਇਆਂ ਨੂੰ ਸਾਰਿਆਂ ਨੂੰ ਫੋਨ ਕਰਦਾ ਉਹ ਲੱਭ ਗਿਆ ਸਾਡਾ ਦਾਦਾ ਆ ਜਾਓ ਲੰਗੀ ਮਾਰ ਗਿਆ ਉਹਨਾਂ ਕੋ ਆ ਜਾਓ ਆਗ ਲੱਭ ਕੇ ਦੇ ਚਲੋ ਬਕਵਾਸ ਬੰਦ ਕਰੋ ਕਰਾ ਲਓ ਉਹ ਲਿਫਟ ਬੈ ਕੇ ਬਾਹਰ ਦਫਾ ਕਰਾ ਲਓ ਜਿਹੜੇ ਕੋਲ ਸੋਲ ਕਰਾਣੇ ਦੇ ਅੱਖਾਂ ਦੀ ਥਾਂ ਦੇ ਵਿੱਚ ਕੀ ਲੱਗਾ ਇੰਜ ਲੱਗਦਾ ਕਿ ਸਾਨੂੰ ਪੀਲ ਵਾਲੀ ਜੁੱਤੀ ਪਾ ਕੇ ਨਾ ਉਹਦੇ ਨਾਲ ਮਾਰੀਆਂ ਠੁੱਡਾ ਵੱਜਾ ਹੁੰਦਾ ਜਾਣਾ ਇਹ ਕੀ ਗੰਦ ਸੀ ਯਾਰ ਇਹ ਤਾਂ 5 ਮਿੰਟਾਂ 'ਚ ਮੁੱਕ ਗਿਆ ਹਾਂ ਯਾਰ